कमिश्नर ऑफ पुलिस अमृतसर जी ने डायरेक्शंस से ADCP 3 सर की रहनुमाई हेठ जो कल SHO मकबूलपुर इंस्पैक्टर मोहित कुमार होना ने एक बहुत वधिया कामयाबी हासिल की है, जिदे FIR नंबर 221 दर्ज की गई है, जिदे चार दोषी अरैसट किए हैं हरप्रीत सिंह, हरमनप्रीत सिंह, आकाशदीप एंड जशनदीप। इन्हां दे परसों सानू दो वैपन भी रिकवर होए ने, नजायज़ ने, जिहड़े एक पिस्टल है 32 बोर का, एक रिवॉल्वर है ਤੇ ਨਾਲ ਜਿੰਦਾ ਕਾਰਤੂਸ ਨੇ। ਐਂਡ ਪਲੱਸ ਜਿਹੜਾ ਲੜਕਾ ਵਾ ਹਰਮਨਪ੍ਰੀਤ, ਇਹਦੇ ਕੋਲ 135 ਗ੍ਰਾਮ ਹੈਰੋਇਨ ਦੀ ਵੀ ਰਿਕਵਰੀ ਹੋਈ ਹੈ। ਹਰਪ੍ਰੀਤ ਹੈ ਜਿਹੜਾ, ਇਹਤੇ ਪਹਿਲਾਂ ਵੀ ਦੋ ਪਰਚੇ ਦਰਜ ਸੀ ਖੋਹ ਦੇ, ਅਜਨਾਲੇ ਅਤੇ ਛਿਆਟੇ ਲੜਾਈ ਝਗੜੇ ਦੇ ਵੀ। ਹੁਣ ਇਹਨਾਂ ਨੇ ਪਰਸੋਂ ਇੱਕ ਛਿਆਟੇ ਦੇ ਵਿੱਚ ਲੜਾਈ ਹੋਈ ਹੈ, ਇਹਨਾਂ ਦੀ ਕਿਸੇ ਲੜਕੇ ਦੇ ਨਾਲ ਲੜਾਈ ਹੋਈ ਜਿਹਦੇ ਵਿੱਚ ਇਹਨਾਂ ਨੇ ਇਹੀ ਵੈਪਨ ਯੂਜ਼ ਕੀਤੇ ਅਤੇ ਫਾਇਰਿੰਗ ਵੀ ਕੀਤੀ ਖੰਡਵਾਲੇ ਦੇ ਰਹਿਣ ਵਾਲੇ ਤੋਂ। ਉੱਥੇ ਪਰਸੋਂ ਵੀ ਅਜੇ ਲੜਾਈ ਕਰਕੇ ਉੱਥੇ ਭਗੌੜੇ ਸੀ। दोनों गैर कानूनी ने, वेरिफिकेशन कर रहे हैं। ਇਹਨਾਂ ਦੇ ਪਿੱਛੇ ਇੱਕ ਇਹਨਾਂ ਦਾ ਕੋਈ ਸਰਗਨਾ ਹੈਗਾ ਵਾ ਜਿਹੜਾ ਇਹਨਾਂ ਨੂੰ ਕਮਾਂਡ ਦੇ ਰਿਹਾ ਵਾ, ਅਤੇ ਉਹਦੇ ਬਾਰੇ ਅਜੇ ਕਾਫੀ ਡਿਟੇਲ ਦੇ ਵਿੱਚ ਵਰਕ ਚੱਲ ਰਿਹਾ। ਜਿਹੜਾ ਉਸੇ ਨੇ ਇਹਨਾਂ ਨੂੰ ਵੈਪਨ ਵੀ ਸਪਲਾਈ ਕਰਾਏ ਆ, ਇਹੋ ਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਸਤੇ ਜਿੱਦਾਂ ਦੇ ਇਹਨਾਂ ਨੇ ਛਾਟੇ ਅੰਜਾਮ ਦਿੱਤੀ ਹੈ ਪਰਸੋਂ, ਉਹੀ ਇਹਨਾਂ ਤੱਕ ਡਰੱਗ ਵੀ ਪਹੁੰਚਾ ਰਿਹਾ ਅਤੇ ਅੱਗੇ ਸੇਲ ਕਰਾ ਰਿਹਾ। ਕਾਰੋਬਾਰ ਤਾਂ ਕਾਫੀ 5-6 ਮਹੀਨੇ ਤੋਂ ਤਾਂ ਜ਼ਿਆਦਾ ਐਕਟਿਵ ਨੇ। ਵੈਪਨ ਜਿਵੇਂ ਇਹਨਾਂ ਕੋਈ 2 ਕੁ ਮਹੀਨੇ ਪਹਿਲਾਂ ਆਏ ਨੇ, ਉਹ ਵੀ ਅਸੀਂ ਡਿਟੇਲ 'ਚ ਇਨਵੈਸਟੀਗੇਸ਼ਨ ਕਰ ਰਹੇ ਵੀ ਇਹਨਾਂ ਦਾ ਕੀ ਮਕਸਦ ਸੀ, ਕਿਹੜੀ ਕਿਹੜੀ ਚੀਜ਼ ਵਾਸਤੇ ਇਹਨਾਂ ਵੈਪਨ ਅਕਵਾਇਰ ਕੀਤੇ। ਹਰਪ੍ਰੀਤ ਦੇ ਦੋ ਪਰਚੇ ਨੇ ਜੀ ਅਜਨਾਲੇ ਦੇ ਵਿੱਚ, ਇੱਕ ਖੋਹ ਦਾ ਵਾ ਅਤੇ ਇੱਕ ਇਹਦੇ ਲੜਾਈ ਝਗੜੇ ਦਾ ਵਾ, ਅਤੇ ਬਾਕੀਆਂ ਦੇ ਉੱਪਰ ਕੋਈ ਪਹਿਲਾਂ ਪਰਚਾ ਨਹੀਂ ਹੈਗਾ। ਸਰ ਸਾਰੇ ਜਣੇ ਇੱਕ ਦੂਸਰੇ ਦੇ ਨਜ਼ਦੀਕ ਦੇ ਰਹਿਣ ਵਾਲੇ ਜਾਂ ਵੱਖ ਵੱਖ ਏਰੀਏ ਦੇ? ਨਹੀਂ, ਇਹ ਸਾਰੇ ਖੰਡ ਵਾਲੇ ਛਾਟੇ ਦੇ ਨਜ਼ਦੀਕ ਦੇ ਰਹਿਣ ਵਾਲੇ ਨੇ, ਪਹਿਲਾਂ ਵੀ ਜਾਣਦੇ ਨੇ ਸਾਰੇ ਆਪਸ ਵਿੱਚ। ਇਹਨਾਂ ਨੂੰ ਹੁਣ ਪ੍ਰੋਡਿਊਸ ਕੀਤਾ ਜਾ ਰਿਹਾ ਵਾ ਕੋਰਟ ਦੇ ਵਿੱਚ, ਤੇ ਅਸੀਂ ਤੇ ਕਾਫੀ ਲੰਮਾ ਹੀ ਰਿਮਾਂਡ ਦੀ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਬਿਲਕੁਲ ਡਿਟੇਲ 'ਚ ਇਹਨਾਂ ਦੇ ਪਿੱਛੇ ਬੈਕ ਐਂਡ ਤੱਕ ਜਾਇਆ ਜਾ ਸਕੇ। ਸਰ ਜਿਹੜਾ ਇਹਨਾਂ ਦਾ ਸਰਗਨਾ ਤੁਸੀਂ ਕਹਿ ਰਹੇ ਇਹਨਾਂ ਦੇ ਬੈਕ ਐਂਡ ਤੇ ਆ, ਕੀ ਉਹ ਪਾਕਿਸਤਾਨ ਨਾਲ ਲਿੰਕਡ ਹੈ? ਕਿਉਂਕਿ ਜਿਸ ਤਰੀਕੇ ਨਸ਼ੇ ਦਾ ਕਾਰੋਬਾਰ ਕਰਦੇ ਪਏ ਆ, ਛਿਆਟਾ ਏਰੀਆ ਗੋ ਅਟਾਰੀ ਨਜ਼ਦੀਕ ਹੈ। ਨਹੀਂ, ਉਹ ਕੋਈ ਅਜੇ ਤੱਕ ਇਹੋ ਜਿਹੀ ਗੱਲ ਨਹੀਂ ਕੋਈ ਸਾਹਮਣੇ ਆਈ ਕਿ ਬਾਹਰ ਨਾਲ ਕਿਤੇ ਲਿੰਕ ਆ, ਉਹ ਹੈ ਇੱਥੋਂ ਦਾ ਹੀ ਆ, ਲੋਕਲ ਆ। ਬਟ ਕਿਉਂਕਿ ਉਹਦੇ 'ਚ ਥੋੜ੍ਹੀ ਹੋਰ ਕਲੈਰਿਟੀ ਕਰਨ ਵਾਲੀ ਹੈ, ਕਿਉਂਕਿ ਕਿਸੇ ਵੇਲੇ ਡਿਊਪ ਵੀ ਕਰਦੇ ਨੇ ਸਾਨੂੰ, ਇਹ ਮਿਸਗਾਈਡ ਕਰਦੇ, ਉਹ ਅਸੀਂ ਬਿਲਕੁਲ ਅਜੇ ਕਲੀਅਰ ਨਹੀਂ ਕਰ ਸਕੇ। ਬਟ ਇਹਨਾਂ ਦੇ ਪਿੱਛੇ ਕੋਈ ਹੈ, ਇਹਨਾਂ ਦਾ ਸਰਗਨਾ ਹੋ ਰਿਹਾ।